ਅੱਜ ਅਸੀਂ ਖੜੇ ਹਾਂ ਗੁਰਦੁਆਰਾ ਮਾਤਾ ਸਾਹਿਬ ਕੌਰ ਗਲੈਨ ਕੋਵ ਲੌਂਗ ਆਈਲੈਂਡ ਨਿਊਯਾਰਕ ਵਿੱਚ ਇੱਥੇ ਇਹਨਾਂ ਨੇ ਇੱਕ ਬੜਾ ਹੀ ਸੋਹਣਾ ਉਪਰਾਲਾ ਕੀਤਾ ਹੈ ਜਿੱਥੇ ਬੱਚਿਆਂ ਵਾਸਤੇ ਲੋਹੜੀ ਅੱਜ ਸੈਲੀਬ੍ਰੇਟ ਕੀਤੀ ਜਾ ਰਹੀ ਹੈ ਇਸ ਲੋਹੜੀ ਦੇ ਥਰੂ ਉਹ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਨੇ ਕਿ ਉਹਨਾਂ ਦਾ ਕਲਚਰ ਕੀ ਹੈ ਉਹਨਾਂ ਦੀ ਹਿਸਟਰੀ ਕੀ ਹੈ ਐਂਡ ਫੋਰ ਦੈਮ ਟੂ ਲਰਨ ਅ ਲਿਟਲ ਬਿਟ ਮੋਰ ਅਬਾਊਟ ਦੇਅਰ ਕਲਚਰਲ ਐਕਟੀਵਿਟੀਜ਼ ਨਾਲੇ ਹੀ ਦ ਬੈਸਟ ਥਿੰਗ ਅਬਾਊਟ ਇਟ ਇਜ਼ ਕਿ ਇੱਥੇ ਉਹ ਬੱਚਿਆਂ ਨੂੰ ਇਹ ਵੀ ਸਿਖਾ ਰਹੇ ਨੇ ਕਿ ਲੋਹੜੀ ਸਿਰਫ ਮੁੰਡਿਆਂ ਦੀ ਜਾਂ ਨਵੇਂ ਵਿਆਹੇ ਕਪਲਸ ਦੀ ਨਹੀਂ ਕੁੜੀਆਂ ਦੀ ਵੀ ਕੀਤੀ ਜਾਂਦੀ ਹੈ ਤਾਂ ਅੱਜ ਤੁਸੀਂ ਆ ਕੇ ਦੇਖੋ ਸਾਡੇ ਨਾਲ ਕਿ ਗੁਰਦੁਆਰੇ ਵਿੱਚ ਕਿੰਨੀ ਸੋਹਣੀ ਤਰ੍ਹਾਂ ਬੱਚੇ ਮਿਲ ਕੇ ਇੱਥੇ ਜੰਮੇ ਅਮੈਰੀਕਾ ਦੇ ਜੰਮੇ ਪੱਲੇ ਬੱਚੇ ਅਮੈਰੀਕਾ ਵਿੱਚ ਲੋਹੜੀ ਬਣਾ ਰਹੇ ਨੇ ਗਲੈਨ ਕੋਵ ਦੇ ਗੁਰਦੁਆਰਾ ਮਾਤਾ ਸਾਹਿਬ ਤੇ ਸਾਧ ਸੰਗਤ ਤੇ ਖਾਲਸਾ ਸਕੂਲ ਦੇ ਬੱਚਿਆਂ ਨੇ ਮਿਲ ਕੇ ਲੋਹੜੀ ਬੜੀ ਹੀ ਧੂਮਧਾਮ ਨਾਲ ਮਨਾਈ ਲੋਅ ਟੈਂਪਰੇਚਰਸ ਹੋਣ ਦੇ ਬਾਵਜੂਦ ਵੀ ਬੱਚਿਆਂ ਵਿੱਚ ਇਤਨਾ ਉਤਸ਼ਾਹ ਸੀ ਲੋਹੜੀ ਬਾਲਣ ਦਾ ਔਰ ਇਹ ਦੇਖਣ ਦਾ ਕਿ ਇਹ ਫੈਸਟੀਵਲ ਹੈ ਕੀ ਅਮੈਰੀਕਾ ਵਿੱਚ ਜੰਮੇ ਪੱਲੇ ਬੱਚਿਆਂ ਨੂੰ ਆਪਣੇ ਕਲਚਰ ਔਰ ਟ੍ਰੈਡੀਸ਼ਨਸ ਨਾਲ ਜੁੜੇ ਰੱਖਣ ਲਈ ਗੁਰਦੁਆਰਾ ਦੀ ਮੈਨੇਜਮੈਂਟ ਦਾ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈ ਔਰ ਕਲਚਰਲ ਫੈਸਟੀਵਲਸ ਔਰ ਹੋਲੀਡੇਜ਼ ਦੇ ਜ਼ਰੀਏ ਉਹ ਬੱਚਿਆਂ ਨੂੰ ਐਜੂਕੇਟ ਕਰਦੇ ਹਨ ਕਿ ਵਟ ਇਜ਼ ਦੇ ਹਿਸਟਰੀ ਐਂਡ ਇਟ ਵਰਕਸ ਅੱਜ ਅਸੀਂ ਹਰ ਅੰਮ੍ਰਿਤਸਰ ਦੀ ਲੋਹੜੀ ਮਨਾਉਣ ਆਏ ਹਾਂ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਕੌਰ ਜੀ ਵਿਖੇ ਇੱਥੇ ਗੁਰਦੁਆਰਾ ਸਾਹਿਬ ਵਾਲਿਆਂ ਨੇ ਬੜਾ ਸ਼ਾਨਦਾਰ ਉਪਰਾਲਾ ਕੀਤਾ ਬਹੁਤ ਹੀ ਵਧੀਆ ਬੱਚਿਆਂ ਦੀ ਸਾਰਿਆਂ ਨੇ ਰਲ ਕੇ ਲੋਹੜੀ ਮਨਾਈ ਹੈ ਅਸੀਂ ਗੁਰਦੁਆਰਾ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਪਿੰਡ ਦੇ ਵਿੱਚ ਲੋਹੜੀ ਮਨਾਉਂਦੇ ਸੀ ਨਾ ਤਾਂ ਸਾਨੂੰ ਉਹ ਸੀਨ ਯਾਦ ਆ ਗਿਆ ਪਰ ਇਹ ਉਸ ਤੋਂ ਵੀ ਵਧੀਆ ਹੈਗਾ ਕਿ ਬੱਚੇ ਖੁਸ਼ ਹਨ ਬੱਚੇ ਹੱਸ ਰਹੇ ਨੇ ਦੇ ਪਾਰਟ ਆਫ ਅਮੈਰੀਕਨ ਕਲਚਰ ਜਿਹੜੀ ਬੋਨਫਾਇਰ ਬਣੀ ਹੈਗੀ ਆ ਐਂਡ ਵੀ ਹੈਵਿੰਗ ਸੋ ਮੱਚ ਫਨ ਲੋਹੜੀ ਦੀ ਠੰਡ ਅਤੇ ਲੋਹੜੀ ਦੀ ਗਰਮੀ ਉਹਨੂੰ ਕਾਊਂਟਰੈਕਟ ਕਰਦੀ ਹੈ ਇਹ ਵਾਰਮਥ ਆਫ ਦਾ ਫਾਇਰ ਐਜ਼ ਵੈਲ ਐਜ਼ ਆਫ ਦਾ ਹਾਰਟਸ ਸੋ ਵੀ ਆਲ ਟੁਗੈਦਰ ਸੈਲੀਬ੍ਰੇਟਿੰਗ ਬੇਦੀ ਜੀ ਦੇਖ ਕੇ ਬਹੁਤ ਹੀ ਅੱਛਾ ਲੱਗ ਰਿਹਾ ਕਿ ਗੁਰਦੁਆਰੇ ਨੇ ਉਪਰਾਲਾ ਲਿੱਤਾ ਹੈ ਕਿ ਮੁੰਡਿਆਂ ਦੀ ਨਹੀਂ ਇੱਥੇ ਕੁੜੀਆਂ ਦੀ ਵੀ ਲੋਹੜੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਤਾਂ ਇਸ ਦੇ ਬਾਰੇ 'ਚ ਮੈਨੂੰ ਥੋੜ੍ਹਾ ਦੱਸੋ ਮੈਂ ਕਹਾਂਗਾ ਜੀ ਜਿਹੜਾ ਉਪਰਾਲਾ ਲਿਆ ਗਿਆ ਇਹ ਬੜੀ ਸੋਚ ਬੜੀ ਡੂੰਘੀ ਸੋਚ ਦਾ ਉਪਰਾਲਾ ਹੈ ਕਿ ਜਿਨ੍ਹਾਂ ਨੇ ਮੁੰਡੇ ਔਰ ਕੁੜੀ 'ਚ ਫਰਕ ਨਹੀਂ ਰੱਖਿਆ ਔਰ ਖਾਸ ਕਰਕੇ ਇਸ ਮੁਲਕ 'ਚ ਮੁੰਡੇ ਕੁੜੀ ਦਾ ਕੋਈ ਫਰਕ ਹੈ ਹੀ ਨਹੀਂ ਸਾਨੂੰ ਕੁੜੀਆਂ ਨੂੰ ਆਪਣਾ ਇੰਨਾ ਕੁ ਸਟਰਾਂਗ ਬਣਾਉਣਾ ਕਿਉਂਕਿ ਸਾਡੇ ਗੁਰੂਆਂ ਨੇ ਕੁੜੀਆਂ ਨੂੰ ਬਹੁਤ ਮਹੱਤਵ ਦਿੱਤਾ ਅਤੇ ਉਸ ਦੀ ਅਸੀਂ ਪ੍ਰਥਾ ਜਿਹੜੀ ਹੈ ਨਾ ਉਹ ਸ਼ੁਰੂ ਹੋਣ ਲੱਗੀਆਂ ਕਰਨ It was very nice and fun and pleasant. I like Lohri. It's one of my favorite holidays. It was very fun and I think it taught us a lot in our schools. Happy Lohri to everyone and I loved it. I really like Lohri because everyone gets to share everyone's happy moments and everyone has fun and we learned a lot in Khalsa school today. Main sare parivar ke binti karne ha ਕਿ ਬੱਚਿਆਂ ਦਾ ਜਿੱਥੇ ਤੁਸੀਂ ਮੁੰਡਿਆਂ ਦੀ ਲੋਹੜੀ ਬਣਾਉਂਦੇ ਹੋ ਉੱਥੇ ਕੁੜੀਆਂ ਦੀ ਬਣਾਇਆ ਕਰੋ ਜੇ ਕੁੜੀਆਂ ਹੋਣਗੀਆਂ ਤਾਂ ਤੁਹਾਡਾ ਪਰਿਵਾਰ ਵਧੇਗਾ ਜੇ ਕੁੜੀਆਂ ਨੂੰ ਮਾਰ ਦਿਓਗੇ ਕੋਈ ਪਰਿਵਾਰ ਨਹੀਂ ਤੁਹਾਡਾ ਵਧੇਗਾ ਮੈਂ ਸਾਰਿਆਂ ਅੱਗੇ ਹੱਥ ਜੋੜ ਕੇ ਫਿਰ ਬੇਨਤੀ ਕਰਨਾ ਹਾਂ ਕਿ ਆਪਣੇ ਬੱਚਿਆਂ ਦੀ ਜਿੱਥੇ ਵਿਆਹ ਸ਼ਾਦੀਆਂ ਦੀ ਸਭ ਕੁਝ ਕਰਦੇ ਹੋ ਵਿਆਹ ਵੀ ਤਾਂ ਹੋਣਗੇ ਜੇ ਕੁੜੀਆਂ ਹੋਣਗੀਆਂ ਤੇ ਸਾਡੇ ਅੱਗੇ ਹੈ ਕਿ ਕੁੜੀਆਂ ਨੂੰ ਬਚਾਓ ਉਹ ਉਹਨਾਂ ਦੀ ਲੋਹੜੀ ਮਨਾਓ ਸਾਨੂੰ ਪਾ ਲੋਹੜੀ ਤੇਰੀ ਜੀਵੇ ਜੋੜੀ ਸਾਨੂੰ ਪਾ ਲੋਹੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋਹੜੀ ਤੇਰੀ ਜੀਵੇ ਜੋੜੀ ਉਹ ਸੁੰਦਰ ਮੁੰਦਰੀ ਏ ਤੇਰਾ ਕੌਣ ਵਿਚਾਰਾ ਉਹ ਦੁੱਲਾ ਭੱਠੀ ਵਾਲਾ ਦਲੇਦੀ ਧੀ ਵੀ ਆਈ ਉਹ ਸ਼ੇਰ ਸ਼ੱਕਰ ਪਾਈ ਪੜੀਤਾ ਲਾਲ ਪਟਾਕਾ ਪੜੀਤਾ ਸਾਲੂ ਪਾਟਾ ਉਹ ਸਾਲੂ ਕੌਣ ਸਮੇਟੇ ਉਹ ਚਾਚਾ ਚੂਰੀ ਕੁੱਟੀ ਉਹ ਜ਼ਿੰਮੇਦਾਰਾਂ ਲੁੱਟੀ ਉਹ ਜ਼ਿੰਮੇਦਾਰ ਲੁਟਾਏ ਉਹ ਗਿਣਗਿਣ ਬੋਲੇ ਲਾਏ ਇੱਕ ਬੋਲਾ ਕਾਟੋ ਹੋ ਗਏ ਪੂਰੇ ਸੱਠ ਸੱਟਾ ਪੀਤੀ ਲੱਸੀ ਹੋ ਗਏ ਪੂਰੇ ਇਹ ਸੀਗੀ ਖਾਲਸਾ ਸਕੂਲ ਗੁਰਦੁਆਰਾ ਮਾਤਾ ਸਾਹਿਬ ਕੌਰ ਤੇ ਬੱਚਿਆਂ ਦੀ ਲੋਹੜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੱਥੇ ਤੇ ਜੰਮੇ ਪੱਲੇ ਬੱਚੇ ਧੀਰੇ ਧੀਰੇ
ਇਸ ਤਰ੍ਹਾਂ ਦੇ ਕਲਚਰਲ ਫੰਕਸ਼ਨਸ ਦੇ ਥਰੂ ਹੀ ਆਪਣੇ ਕਲਚਰ ਔਰ ਆਪਣੀ ਸਿੱਖ ਹਿਸਟਰੀ ਦੇ ਬਾਰੇ 'ਚ ਪਤਾ ਕਰਦੇ ਨੇ ਐਂਡ ਇਟਸ ਨਾਈਸ ਟੂ ਸੀ ਕਿ ਗੁਰਦੁਆਰਾ ਵੀ ਉਸ ਤਰ੍ਹਾਂ ਦੇ ਉਪਰਾਲੇ ਲੈ ਰਿਹਾ ਜਿੱਥੇ ਉਹ ਬੱਚਿਆਂ ਨੂੰ ਐਜੂਕੇਟ ਕਰ ਰਹੇ ਨੇ ਕਿ ਉਹਨਾਂ ਨੂੰ ਵੀ ਪਤਾ ਚੱਲੇ ਵਟ ਦੇਅਰ ਹਿਸਟਰੀ ਇਜ਼ ਐਂਡ ਵੇਅਰ ਡੂ ਦੇ ਕਮ ਫਰੋਮ। ਗੁਰਮੀਤ ਖੌਰ ਸੋਢੀ ਵਿਦ ਕੈਮਰਾਮੈਨ ਬਲਵੰਤ ਹੋਤੀ, PTC ਨਿਊਜ਼, ਨਿਊਯਾਰਕ।